ਕਿ ਜੂਨ ਜੁਲਾਈ ਦੇ ਵਿੱਚ ਸੰਭਾਵਨਾ ਬਣ ਗਈ ਹੈ ਜਾਂ ਹੋ ਸਕਦੀਆਂ ਨੇ ਜਾਂ ਨਹੀਂ ਹੋ ਸਕਦੀਆਂ, ਪਰ ਚੋਣਾਂ ਜ਼ਰੂਰ ਹੋਣਗੀਆਂ। ਮੇਰੇ ਖਿਆਲ 'ਚ ਵੋਟਰਾਂ ਦੀ ਫਰਵਰੀ ਤੱਕ ਵਧਾਈ ਗਈ ਹੈ ਵੋਟਾਂ ਦੀ, ਵੋਟ ਬਣਾਉਣ ਦੀ ਗਿਣਤੀ ਜੀ 50 ਲੱਖ ਨਹੀਂ ਬਣੇ, ਅੱਧੇ ਚੌਥਾ ਹਿੱਸਾ ਨਹੀਂ ਬਣਿਆ ਵੋਟਰ ਮਰ ਕੇ, ਜ਼ਿਆਦਾ ਅਵੇਅਰਨੈਸ ਘੱਟ ਹੈ ਜੀ ਲੋਕਾਂ ਦੇ ਵਿੱਚ, ਜਾਂ ਪੂਰੇ ਸਿੱਖ ਨਹੀਂ ਹੈ ਜਾਂ ਪੂਰੇ ਸਿੱਖ ਦੇਸ਼ਾਂ 'ਚੋਂ ਅਗਰ ਰਿਪੋਰਟਾਂ ਆ ਰਹੀਆਂ ਕਿ ਪੰਜਾਬ ਦੇ ਵਿੱਚ 2035 ਤੋਂ ਬਾਅਦ ਪੰਜਾਬ ਦਾ ਜੰਮਪਲ ਮੁੱਖ ਮੰਤਰੀ ਹੀ ਬਣਿਆ, ਇਹ ਬੜੇ ਖਤਰਨਾਕ ਸਾਹਮਣੇ ਆ ਰਹੇ ਨੇ ਜੀ, ਅਤੇ ਸਾਡੀਆਂ ਲੜਾਈਆਂ ਦੇ ਵਿੱਚ ਅਸੀਂ ਬਹੁਤ ਹੇਠਾਂ ਪਹੁੰਚਦੇ ਹਾਂ। ਦਰਸ਼ਨ ਸਿੰਘ ਨੇ ਈਨ ਨਹੀਂ ਮੰਨੀ, ਪਰ ਦਰਸ਼ਨ ਨੇ ਈਨ ਨਹੀਂ ਮੰਨੀ ਸ਼੍ਰੋਮਣੀ ਅਕਾਲੀ ਦਲ ਨੂੰ, ਈਨ ਨਹੀਂ ਮੰਨੀ ਸ਼ੇਖਤਾ ਨੂੰ, ਉਹਨੂੰ ਛੇਕਿਆ ਗਿਆ, ਅਤੇ ਅੱਜ ਫਿਰ ਗਿੰਦਰਗਵੀਰ ਸਿੰਘ ਨੇ ਉਹਨੂੰ ਕਹਿਤਾ ਕਿ ਅਕਾਲ ਤਖ਼ਤ ਸਾਹਿਬ ਨੇ ਕਿ ਤੁਸੀਂ ਇਹਨਾਂ ਕੋਈ ਵੀ ਸੰਗਤ ਸਿੱਖ ਸੰਗਤ ਪਰ ਵਾਸਤੇ ਦਰਸ਼ਨ ਸਿੰਘ ਨੂੰ ਮੂੰਹ ਨਾ ਲਾ। SGPC ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਨੇ, ਵੋਟਾਂ ਬਣਾਉਣ ਦਾ ਸਿਲਸਿਲਾ ਜਾਰੀ ਹੈ, ਅਤੇ ਸੰਭਾਵਨਾ ਜਿਤਾਈ ਜਾ ਰਹੀ ਸੀ ਕਿ ਜਲਦ ਹੀ ਇਹ ਚੋਣਾਂ ਹੋ ਜਾਣਗੀਆਂ, ਪਰ ਅਗਲੇ ਸਾਲ ਜੂਨ ਜੁਲਾਈ ਤੱਕ ਇਹ ਚੋਣਾਂ ਕਰਵਾਉਣ ਦਾ ਜਿਹੜਾ ਸਮਾਂ ਆਉਂਦਾ ਨਜ਼ਰ ਆ ਰਿਹਾ ਹੈ। ਜਸਟਿਸ ਸਾਰੋਂ ਨੇ, ਜਿਹੜੇ ਕਮਿਸ਼ਨਰ ਨੇ ਚੋਣ ਦੇ, ਉਹਨਾਂ ਨੇ ਕਹਿ ਦਿੱਤਾ ਹੈ ਕਿ ਜੂਨ ਜੁਲਾਈ ਦੇ ਵਿੱਚ ਸੰਭਾਵਨਾ ਬਣ ਗਈ ਹੈ ਜਾਂ ਹੋ ਸਕਦੀਆਂ ਨੇ ਜਾਂ ਨਹੀਂ ਹੋ ਸਕਦੀਆਂ, ਪਰ ਚੋਣਾਂ ਜ਼ਰੂਰ ਹੋਣਗੀਆਂ SGPC ਦੀਆਂ। ਬਿਲਕੁਲ ਜੀ, ਇਹਨਾਂ ਨੇ ਨਾ ਜਿਹੜਾ ਚੋਣਾਂ ਕਰਨ ਦਾ ਐਲਾਨ ਕੀਤਾ, SS ਸਾਰੋਂ ਨੇ, ਚੀਫ ਜਸਟਿਸ ਸਾਬਕਾ ਜਸਟਿਸ ਨੇ ਜੀ, ਰਿਟਾਇਰਡ ਜਸਟਿਸ SS ਸਾਰੋਂ, ਜਿਹੜੇ ਕਿ ਮੁੱਖ ਚੋਣ ਇਲੈਕਸ਼ਨ ਕਮਿਸ਼ਨ ਨੇ ਇਹਦੇ ਗੁਰਦੁਆਰਾ ਦੇ, ਅਤੇ ਉਹਨਾਂ ਨੇ ਜਿਹੜਾ ਕੱਲ੍ਹ ਐਲਾਨ ਕੀਤਾ ਕਿ ਅਸੀਂ ਜੂਨ ਜੁਲਾਈ ਦੇ ਵਿੱਚ ਚੋਣਾਂ ਕਰਵਾ ਦੇਵਾਂਗੇ। ਮੇਰੇ ਖਿਆਲ 'ਚ ਵੋਟਰਾਂ ਦੀ ਫਰਵਰੀ ਤੱਕ ਵਧਾਈ ਗਈ ਹੈ ਵੋਟਾਂ ਦੀ, ਵੋਟ ਬਣਾਉਣ ਦੀ ਗਿਣਤੀ ਜੀ, ਜਿਹੜਾ ਦਸੰਬਰ ਤੱਕ 20 ਦਸੰਬਰ ਤੱਕ ਵੋਟਾਂ ਬਣਾਉਣ ਦੀ ਸੀ ਪ੍ਰਕਿਰਿਆ ਨਾ ਜੀ, ਉਹ ਤਕਰੀਬਨ 7 ਲੱਖ ਵੋਟਰ ਦੇ ਫਾਰਮ ਭਰੇ ਗਏ ਨੇ ਜੀ, ਪਰ ਬਹੁਤ ਘੱਟ ਵੋਟਰ ਬਣੇ ਨੇ। ਵੋਟ ਆਪਾਂ ਕਹਿੰਦੇ ਹਾਂ ਵੀ 2 ਕਰੋੜ ਸਿੱਖ ਪੰਜਾਬ 'ਚ ਹੈਗਾ, ਆ 7 ਕੁ ਲੱਖ ਬਣੇ ਨੇ ਅਜੇ, 50 ਲੱਖ ਨਹੀਂ ਬਣੇ, ਅੱਧੇ ਚੌਥਾ ਹਿੱਸਾ ਨਹੀਂ ਬਣਿਆ ਹੈਗਾ ਸਿੱਖ ਵੋਟਰ ਮਰ ਕੇ, ਜ਼ਿਆਦਾ ਅਵੇਅਰਨੈਸ ਘੱਟ ਹੈ ਜੀ ਲੋਕਾਂ ਦੇ ਵਿੱਚ, ਜਾਂ ਪੂਰੇ ਸਿੱਖ ਨਹੀਂ ਹੈਗੇ ਜੀ ਪੰਜਾਬ ਦੇ ਵਿੱਚ, ਸਿੱਖੀ ਦਾ ਸੰਦਰਭ ਘੱਟ ਰਿਹਾ। ਤਾਂ ਹੀ ਤਾਂ ਕਹਿੰਦੇ ਨੇ ਕਈ ਵਿਦਵਾਨ ਵਿਦੇਸ਼ਾਂ 'ਚੋਂ ਆ ਕੇ ਰਿਪੋਰਟਾਂ ਆ ਰਹੇ ਨੇ ਕਿ ਪੰਜਾਬ ਦੇ ਵਿੱਚ 2035 ਤੋਂ ਬਾਅਦ ਪੰਜਾਬ ਦਾ ਜੰਮਪਲ ਮੁੱਖ ਮੰਤਰੀ ਨਹੀਂ ਬਣੇਗਾ ਪੰਜਾਬ ਦਾ, ਇਹ ਬੜੇ ਖਤਰਨਾਕ ਸਾਹਮਣੇ ਆ ਰਹੇ ਨੇ ਜੀ, ਅਤੇ ਸਾਡੀਆਂ ਲੜਾਈਆਂ ਦੇ ਵਿੱਚ ਅਸੀਂ ਬਹੁਤ ਹੇਠਾਂ ਪਹੁੰਚ ਗਏ ਹਾਂ, ਅਤੇ ਹੁਣ ਲੜਾਈ ਕੀ, ਹੁਣ ਇੱਕ ਲੜਾਈ ਹੋਰ ਸਾਹਮਣੇ ਆਈ ਹੈ ਜੀ, ਗਿਆਨੀ ਸਾਡੇ ਰਘਵੀਰ ਸਿੰਘ ਹੈਗੇ ਨੇ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜੀ, ਇੱਕ ਦਰਸ਼ਨ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖ਼ਤ ਜਥੇਦਾਰ ਹੋਏ ਨੇ ਪਹਿਲਾਂ, ਉਹਨਾਂ ਨੂੰ ਛੇਕਿਆ ਗਿਆ ਸੀਗਾ, ਕੱਲ੍ਹ ਉਹਨਾਂ ਨੇ ਅਚਾਨਕ ਚੱਕ ਲਿਆ ਮੁੱਦਾ ਵੀ ਦਰਸ਼ਨ ਸਿੰਘ ਨੂੰ ਕੋਈ ਵੀ ਬੋਲਣ ਨਾ ਦੇਵੇ, ਕਿਸੇ ਥਾਂ 'ਤੇ ਜਾ ਕੇ ਉਹਨੂੰ ਪ੍ਰਚਾਰ ਨਾ ਕਰਨ ਦਿਓ, ਕਿਸੇ ਥਾਂ 'ਤੇ ਉਹਨੂੰ ਕੁਛ ਨਾ ਕਰਨ ਦਿਓ। ਤਰੀਕਾ ਇਹ ਹੁੰਦਾ ਕਿ ਅਸੀਂ ਇੱਕ ਦੂਜੇ ਦੇ ਜੜ੍ਹਾਂ ਵੱਢਦੇ ਹਾਂ, ਇੱਕ ਦੂਜੇ ਨੂੰ ਖਤਮ ਕਰ, ਤਰੀਕਾ ਇਹ ਹੁੰਦਾ ਕਿ ਬੰਦੇ ਨੂੰ ਦੁਬਾਰਾ ਮੁੜ ਕੇ ਫਿਰ ਬੁਲਾ ਲਓ, ਕਿ ਭਾਈ ਇੱਕ ਵਾਰੀ ਦਰਸ਼ਨ ਸਿੰਘ ਨੂੰ ਮੁੜ ਕੇ ਫਿਰ ਅਕਾਲ ਤਖ਼ਤ ਸਾਹਿਬ ਵਿੱਚ ਆਉਣ ਦੇ ਵਾਸਤੇ ਸੱਦਾ ਦੇ ਰਹੇ ਹਾਂ ਅਸੀਂ, ਉਹ ਆ ਕੇ ਜੇਕਰ ਆਪਣੇ ਭੁੱਲ ਬਖਸਾਉਂਦਾ ਤਾਂ ਅਸੀਂ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਨੂੰ ਮਾਫ਼ ਕਰ ਸਕਦਾ। ਬਲਕਿ ਸੁੱਚਾ ਸਿੰਘ ਲੰਗਾਹ ਤੋਂ ਮਾੜਾ ਤਾਂ ਕੰਮ ਨਹੀਂ ਕੀਤਾ ਉਹਨੇ ਦਰਸ਼ਨ ਸਿੰਘ ਨੇ, ਸੁੱਚਾ ਸਿੰਘ ਲੰਗਾਹ ਤੋਂ ਮਾੜਾ ਕੰਮ ਤਾਂ ਨਹੀਂ ਕੀਤਾ, ਸੁਖਬੀਰ ਬਾਦਲ ਤੋਂ ਮਾੜਾ ਕੰਮ ਤਾਂ ਨਹੀਂ ਕੀਤਾ ਦਰਸ਼ਨ ਸਿੰਘ ਨੇ, ਸੁਖਬੀਰ ਬਾਦਲ ਹੋਰਾਂ ਦੀ ਜਦੋਂ ਸਰਕਾਰ ਸੀ, ਗ੍ਰਹਿ ਮੰਤਰੀ ਸੀਗੇ, ਗੁਰੂ ਗ੍ਰੰਥ ਸਾਹਿਬ ਤਾਰ ਤਾਰ ਹੋਏ ਨੇ ਉਸ ਵੇਲੇ, 328 ਸਰੂਪ ਲਾਪਤਾ ਹੋ ਗਏ, ਹੁਣ ਤੱਕ ਵੀ ਚੱਲ ਰਹੀ ਹੈ ਕਾਰਵਾਈ, ਉਹ
ਉਸ ਤੋਂ ਗਲਤ ਕੰਮ ਨਹੀਂ ਕੀਤਾ ਉਹਨੇ ਦਰਸ਼ਨ ਸਿੰਘ ਨੇ, ਪਰ ਕਿਉਂਕਿ ਸਿਆਸਤ ਆ ਉਹਦੇ ਵਿੱਚ। ਦਰਸ਼ਨ ਸਿੰਘ ਨੇ ਈਨ ਨਹੀਂ ਮੰਨੀ, ਪਰ ਦਰਸ਼ਨ ਨੇ ਈਨ ਨਹੀਂ ਮੰਨੀ ਸ਼੍ਰੋਮਣੀ ਅਕਾਲੀ ਦਲ ਦੀ, ਈਨ ਨਹੀਂ ਮੰਨੀ ਛੇਕਤਾ ਉਹਨੂੰ, ਉਹਨੂੰ ਛੇਕਿਆ ਗਿਆ। ਅਤੇ ਅੱਜ ਫਿਰ ਗਿਆਨਰਗਵੀਰ ਸਿੰਘ ਨੇ ਉਹਨੂੰ ਕਹਿਤਾ ਕਿ ਅਕਾਲ ਤਖ਼ਤ ਸਾਹਿਬ ਨੇ ਕਿ ਤੁਸੀਂ ਇਹਨਾਂ ਕੋਈ ਵੀ ਸੰਗਤ ਸਿੱਖ ਸੰਗਤ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਮੂੰਹ ਨਾ ਲਾਵੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।